ਹਾਂਜੀ ਗਾਇਜ਼, ਕੀ ਹਾਲ ਚਾਲ? ਆਈ ਹੋਪ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ, ਜਿੱਥੇ ਵੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਗਾਇਜ਼, ਅੱਜ ਮੈਂ ਆ ਚੁੱਕਿਆ ਰੋਇਲ ਇਨਫੀਲਡ ਦੇ ਸ਼ੋਰੂਮ, ਅਤੇ ਮੈਂ ਕਿ ਜਿੱਦਾਂ ਤੁਹਾਨੂੰ ਪਿਛਲੀ ਵੀਡੀਓ ਦੱਸਿਆ ਸੀ ਕਿ ਇੱਕ ਨਵਾਂ ਬੁਲੇਟ ਕੰਪਨੀ ਨੇ ਲਾਂਚ ਕੀਤਾ ਨਵੀਂ ਕਿੱਟ ਦੇ ਨਾਲ, ਸੋ ਉਹ ਜਿਹੜੀ ਕਿੱਟ ਹੈ ਵਿੰਟੇਜ, ਉਹ ਤੁਸੀਂ ਕਿੱਦਾਂ ਅਪਲਾਈ ਕਰਵਾ ਸਕਦੇ ਹੋ, ਕਿੱਦਾਂ ਇਸ ਬੁਲੇਟ ਨੂੰ ਬੁੱਕ ਕਰ ਸਕਦੇ ਹੋ, ਸੋ ਕੰਪਲੀਟ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗਾ। ਸੋ ਵੀਡੀਓ ਨੂੰ ਐਂਡ ਤਾਈਂ ਜ਼ਰੂਰ ਵੇਖਿਓ ਜੇ ਤਾਂ ਤੁਸੀਂ ਆਪਣੇ ਚੈਨਲ 'ਤੇ ਪਹਿਲੀ ਵਾਰ ਵਿਜਿਟ ਕਰ ਰਹੇ ਹੋ। ਸੋ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਬੈੱਲ ਆਈਕੋਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਆਪਣੇ ਚੈਨਲ ਦੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਵੇਖਣ ਨੂੰ ਮਿਲਦੀ ਰਹੇ। ਸੋ ਵੀਡੀਓ ਨੂੰ ਕਰਦੇ ਹਾਂ ਸਟਾਰਟ ਆਪਾਂ ਬਿਨਾਂ ਕਿਸੇ ਦੇਰੀ ਦੇ ਨਾਲ। ਸੋ ਗਾਇਜ਼, ਜਿੱਦਾਂ ਕਿ ਤੁਸੀਂ ਆਹ ਵੇਖ ਸਕਦੇ ਹੋ, ਆਹ ਨਵਾਂ ਬੁਲੇਟ ਜਿਹੜਾ ਕੰਪਨੀ ਨੇ ਲਾਂਚ ਕੀਤਾ, ਇਹਦੇ ਨਾਲ ਤੁਹਾਨੂੰ ਨਵੀਂ ਵਿੰਟੇਜ ਸੀਟ ਵੇਖਣ ਨੂੰ ਮਿਲ ਜਾਂਦੀ ਹੈ ਅਤੇ ਨਾਲ ਦੀ ਨਾਲ ਹੀ ਵਿੰਟੇਜ ਟੇਲ ਕੰਪਨੀ ਨੇ ਐਡ ਆਨ ਕਰ ਦਿੱਤੀ ਹੈ, ਜਿਹੜੀ ਕਿ ਕਾਫੀ ਯੂਜ਼ਰਸ ਨੂੰ ਕਾਫੀ ਵਧੀਆ ਲੱਗਦੀ ਸੀਗੀ। ਜਦੋਂ ਇਹ ਨਵਾਂ ਬੁਲੇਟ ਕੰਪਨੀ ਨੇ ਰਿਲੀਜ਼ ਕੀਤਾ ਸੀਗਾ, ਉਹਦਾ ਜਿਹੜਾ ਪੁਰਾਣਾ ਮਾਡਲ ਹੈ ਉਹ ਤੁਹਾਨੂੰ ਆਹ ਵੇਖਣ ਨੂੰ ਮਿਲਣ ਦਿਆ, ਅਤੇ ਇਹਦੇ ਵਿੱਚ ਜਿਹੜੀ ਸੀਟ ਲੱਗੀ ਹੈ ਉਹ ਕਾਫੀ ਯੂਜ਼ਰਸ ਨੂੰ ਨਹੀਂ ਪਸੰਦ ਸੀਗੀ ਅਤੇ ਨਾ ਹੀ ਇਹਦੀ ਜਿਹੜੀ ਬੈਕ ਟੇਲ ਲਾਈਟ ਹੈ ਉਹ ਪਸੰਦ ਸੀਗੀ। ਸੋ ਉਸੇ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਪਨੀ ਨੇ ਇਹ ਨਵਾਂ ਬੁਲੇਟ ਜਿਹੜਾ ਹੈ ਇੱਕ ਨਵੀਂ ਕਿੱਟ ਦੇ ਨਾਲ, ਵਿੰਟੇਜ ਕਿੱਟ ਦੇ ਨਾਲ ਫਿਰ ਤੋਂ ਰੀਲੌਂਚ ਕਰ ਦਿੱਤਾ, ਅਤੇ ਕੀ ਪ੍ਰੋਸੈਸ ਰਹਿਣ ਵਾਲਾ ਹੈ, ਕਿੱਦਾਂ ਤੁਸੀਂ ਇਹਨੂੰ ਬੁੱਕ ਕਰਨਾ ਹੈ, ਸਾਰਾ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਕੀ ਪ੍ਰਾਈਸ ਹੋਣ ਵਾਲਾ ਇਸ ਬੁਲੇਟ ਦਾ। ਅਤੇ ਸਭ ਤੋਂ ਪਹਿਲਾਂ ਤੁਸੀਂ ਇਹਦੀ ਲੁੱਕ ਚੈੱਕ ਕਰ ਸਕਦੇ ਹੋ, ਬੁਲੇਟ ਦੀ ਕਿੱਦਾਂ ਦੀ ਇਹ ਜਿਹੜੀ ਲੁੱਕ ਹੈ ਇਸ ਬੁਲੇਟ ਦੀ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈ, ਐਜ਼ ਕੰਪੈਰੇਟਿਵਲੀ ਜਿਹੜਾ ਓਲਡ ਮਾਡਲ 2023 ਦਾ ਲਾਂਚ ਕੀਤਾ ਸੀਗਾ J1 ਸੀਰੀਜ਼ ਦੇ ਨਾਲ, ਅਤੇ ਇਸੇ ਵਿੱਚ ਹੀ ਇੱਕ ਨਵੀਂ ਕਿੱਟ ਐਡ ਆਨ ਹੋਈ ਹੈ ਜਿਹਦੇ ਨਾਲ ਕਿ ਇਹਦੀ ਜਿਹੜੀ ਲੁੱਕ ਹੈ ਟੋਟਲੀ ਚੇਂਜ ਹੋ ਚੁੱਕੀ ਹੈ। ਸੋ ਤੁਸੀਂ ਆ ਬੈਕ ਸਾਈਡ ਤੋਂ ਇਹਦੀ ਲੁੱਕ ਚੈੱਕ ਕਰ ਸਕਦੇ ਹੋ, ਇਹ ਜਿਹੜਾ ਬੁਲੇਟ ਹੈ ਕਿੱਦਾਂ ਦੀ ਪ੍ਰੈਜੈਂਟੇਸ਼ਨ ਸ਼ੋਅ ਕਰਦਾ ਹੈ। ਸੋ ਮੇਰੇ ਖਿਆਲ ਦੇ ਨਾਲ ਕਾਫੀ ਵਧੀਆ ਲੁੱਕ ਆ ਚੁੱਕੀ ਹੈ ਇਸ ਬੁਲੇਟ ਦੇ ਵਿੱਚ। ਸੋ ਇਹ ਜਿਹੜੀ ਟੇਲ ਲੈਂਪ ਹੈ ਇਹਦੇ ਨਾਲ ਹੀ ਤੁਹਾਨੂੰ ਇੱਕ ਐਕਸਟੈਂਸ਼ਨ ਵੇਖਣ ਨੂੰ ਮਿਲ ਜਾਂਦੀ ਹੈ ਜਿੱਥੇ ਕਿ ਤੁਹਾਡੀ ਨੰਬਰ ਪਲੇਟ ਆਊਗੀ, ਉਹਦੇ ਥੱਲੇ ਤੁਹਾਨੂੰ ਇਹ ਰਿਫਲੈਕਟਰ ਵੇਖਣ ਨੂੰ ਮਿਲ ਜਾਂਦਾ। ਜਿਹੜਾ ਰਿਫਲੈਕਟਰ ਹੈ ਉਹ ਨਹੀਂ ਦਿੱਤਾ ਸੀਗਾ ਅਤੇ ਕੰਪਨੀ ਨੇ ਹੁਣ ਇਹਦੇ ਵਿੱਚ ਜਿਹੜਾ ਰਿਫਲੈਕਟਰ ਐਡ ਕਰਕੇ ਇਹਦੀ ਜਿਹੜੀ ਲੈਂਥ ਨੂੰ ਬੈਕ ਸਾਈਡ ਤੋਂ ਹੋਰ ਵੀ ਜ਼ਿਆਦਾ ਮਡਗਾਰਡ ਦੀ ਰੇਅਰ ਮਡਗਾਰਡ ਦੀ ਜਿਹੜੀ ਲੈਂਥ ਹੈ ਉਹਨੂੰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਆਹ ਜਿਹੜੀ ਸੀਟ ਹੈ ਤੁਸੀਂ ਚੈੱਕ ਕਰ ਸਕਦੇ ਹੋ, ਕਾਫੀ ਜ਼ਿਆਦਾ ਇਹ ਸੌਫਟ ਹੈਗੀ ਹੈ, ਇਹਨਾਂ ਕੀ ਹਾਰਡ ਸੀਟ ਹੈਗੀ ਹੈ, ਬਿਲਕੁਲ ਵਧੀਆ ਇਹ ਸੀਟ ਇਹਨਾਂ ਨੇ ਅਪਲਾਈ ਕੀਤੀ ਹੈ। ਇਹ ਜਿਹੜੀ ਸੀਟ ਹੈ ਬਿਲਕੁਲ ਇਸੇ ਮਾਡਲ ਦੇ ਲਈ ਹੀ ਡਿਜ਼ਾਈਨ ਕੀਤੀ ਗਈ ਹੈ, ਤੁਸੀਂ ਵੇਖ ਸਕਦੇ ਹੋ ਜਾਂਦੀ ਸੀਗੀ ਜਿਹੜੀ ਕਿ ਇੱਕ ਐਕਸਟੈਂਸ਼ਨ ਦੇ ਜਿਹੜਾ ਕੰਮ ਕਰਦੀ ਸੀਗੀ ਇਹ ਸੀਟ ਦੇ ਵਿੱਚ, ਅਤੇ ਇਹ ਜਿਹੜਾ ਇਹਨਾਂ ਨੇ ਵਾਈਜ਼ਰ ਲਗਾਇਆ ਹੈ ਇਹਦੇ ਵਿੱਚ, ਅਤੇ ਕੋਈ ਵੀ ਇੱਥੇ ਤੁਹਾਨੂੰ ਪੱਤਰੀ ਵੇਖਣ ਨੂੰ ਨਹੀਂ ਮਿਲੂਗੀ। ਅਤੇ ਇਹ ਜਿਹੜਾ ਬੁਲੇਟ ਹੈ ਇਹ ਤੁਸੀਂ ਕਿੱਦਾਂ ਬੁੱਕ ਕਰਨਾ, ਸੋ ਹੁਣ ਉਹਦੇ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ। ਸੋ ਇਹਦੀ ਜਿਹੜੀ ਲੁੱਕ ਹੈ ਚੈੱਕ ਕਰ ਸਕਦੇ ਹੋ ਫਰੰਟ ਤੋਂ ਕਿੱਦਾਂ ਦੀ ਆਉਂਦੀ ਹੈ, ਅਤੇ ਇਹਦੀ ਜਿਹੜੀ ਸੀਟ ਹੈ ਉਹ ਕਿੱਦਾਂ ਦੀ ਲੱਗ ਰਹੀ ਹੈ ਇਸ ਬੁਲੇਟ 'ਤੇ, ਸੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਦੀ ਜਿਹੜੀ ਪ੍ਰਾਈਜ਼ਿੰਗ ਹੈ ਉਹ ਕੀ ਰਹਿਣ ਵਾਲੀ ਹੈ ਅਤੇ ਕੌਣ ਕੌਣ ਇਹਨੂੰ ਬੁੱਕ ਕਰ ਸਕਦਾ। ਸੋ ਗਾਇਜ਼, ਇਹ ਜਿਹੜਾ ਬੁਲੇਟ ਹੈਗਾ ਇਹਦੇ ਵਿੱਚ ਕੋਈ ਵੀ ਹੋਰ ਚੇਂਜ ਕੰਪਨੀ ਨੇ ਐਡ ਨਹੀਂ ਕੀਤਾ, ਰੈਗੂਲਰ ਬੁਲੇਟ ਦੀ ਤਰ੍ਹਾਂ ਇਹ ਬੁਲੇਟ ਹੈਗਾ J1 ਸੀਰੀਜ਼ ਵਾਲਾ। ਸੋ ਬਸ ਇਹਨਾਂ ਨੇ ਵਿੰਟੇਜ ਕਿੱਟ ਐਡ ਕੀਤੀ ਹੈ ਅਤੇ ਨਾਲ ਹੀ ਇਹਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ, ਇੱਕ ਹੈਗੀ ਹੈ ਇਹਦੀ ਸੀਟ, ਦੂਸਰੇ ਨੰਬਰ 'ਤੇ ਇਹਦੀ ਹੈਗੀ ਹੈ ਟੇਲ ਲੈਂਪ। ਸੋ ਇਸ ਨੂੰ ਆਰਡਰ ਕਰਨ ਦੇ ਲਈ ਤੁਹਾਨੂੰ ਤਕਰੀਬਨ 5000 ਦੀ ਡਾਊਨ ਪੇਮੈਂਟ ਕਰਨੀ ਪਏਗੀ ਐਡਵਾਂਸ ਦੇ ਵਿੱਚ। ਸੋ ਉਸ ਤੋਂ ਬਾਅਦ ਤੁਸੀਂ MIY ਦੇ ਥਰੂ ਇਹ ਜਿਹੜਾ ਬੁਲੇਟ ਹੈ ਉਹ ਤੁਸੀਂ ਬੁੱਕ ਕਰ ਸਕਦੇ ਹੋ। ਤੁਸੀਂ ਵੇਖ ਸਕਦੇ ਹੋ ਇੱਕ ਜਿਹੜਾ ਲੋਗੋ ਹੈ ਇਹਨਾਂ ਨੇ ਅਟੈਚ ਕੀਤਾ, ਮੇਕ ਇਟ ਯੋਰਸ ਦੀ ਚੋਇਸ ਹੈਗੀ ਹੈ ਇਸ ਬੁਲੇਟ ਦੇ ਵਿੱਚ, ਜਿਹੜੀ ਕਿ ਤੁਹਾਨੂੰ ਬੁੱਕ ਕਰਨੀ ਪਏਗੀ ਸ਼ੋਰੂਮ ਆ ਕੇ। ਸ਼ੋਰੂਮ ਆਓਗੇ ਉਦੋਂ ਤੁਹਾਨੂੰ ਕੰਪਲੀਟ ਗਾਈਡੈਂਸ ਮਿਲ ਜਾਊਗੀ ਕਿ ਤੁਸੀਂ ਇਹ ਜਿਹੜੀ ਸੀਟ ਹੈ ਅਤੇ ਟੇਲ ਲੈਂਪ ਹੈ ਉਹ ਕਿੱਦਾਂ ਅਪਲਾਈ ਕਰਵਾ ਸਕਦੇ ਹੋ। ਉਹਦੇ ਲਈ ਬਸ ਤੁਸੀਂ
ਰੈਗੂਲਰ ਜਿੱਦਾਂ 5000 ਰੁਪਈਆ ਡਾਊਨ ਪੇਮੈਂਟ ਕਰਨੀ ਹੈ ਅਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਇਹ ਬਾਈਕ ਹੈ 15 ਡੇਜ਼ ਦੇ ਵਿੱਚ ਤੁਹਾਨੂੰ ਸ਼ੋਰੂਮ ਦੇ ਵਿੱਚ ਵੇਖਣ ਨੂੰ ਮਿਲ ਜਾਊਗੀ ਅਤੇ ਤੁਸੀਂ ਇਹਨੂੰ ਆ ਕੇ ਸ਼ੋਰੂਮ ਤੋਂ ਬਾਇਕ ਕਰ ਸਕਦੇ ਹੋ, ਖਰੀਦ ਸਕਦੇ ਹੋ। ਸੋ ਇਹ ਸੀਗਾ ਇਹਦਾ ਪੂਰਾ ਦਾ ਪੂਰਾ ਪ੍ਰੋਸੈਸ। ਸੋ ਗਾਇਸ, ਜੇ ਤਾਂ ਤੁਸੀਂ ਆਲਰੇਡੀ 2023 ਦੇ ਵਿੱਚ ਇਹ ਜਿਹੜਾ ਰੈਗੂਲਰ ਮਾਡਲ ਆਉਂਦਾ ਸੀਗਾ J1 ਸੀਰੀਜ਼ ਦਾ, ਉਹ ਬਾਈ ਕੀਤਾ ਹੋਇਆ ਅਤੇ ਤੁਹਾਡੀ ਇੱਛਾ ਹੈ ਕਿ ਤੁਸੀਂ ਪੁਰਾਣੇ ਬੁਲਟ ਦੀ ਜਿਹੜੀ ਸੀਟ ਹੈ ਵਿੰਟੇਜ ਸੀਟ ਅਤੇ TLM ਅਪਲਾਈ ਕਰਵਾਉਣਾ ਹੈ ਅਤੇ ਉਹ ਹਾਲੇ ਰੋਇਲ ਐਨਫੀਲਡ ਦੇ ਸ਼ੋਰੂਮ ਦੇ ਵਿੱਚ ਅਵੇਲੇਬਲ ਨਹੀਂ ਹੈਗੇ। ਸੋ ਇਹ ਜਿਹੜੀ ਚੀਜ਼ ਹੈ ਕਿੱਟ, ਇਹ ਐਡ ਹੁੰਦੀ ਹੈ, ਇਹ ਪਲਾਂਟ ਤੋਂ ਹੀ ਬੈਕ ਸਾਈਡ ਤੋਂ ਅਪਲਾਈ ਹੋ ਕੇ ਆਉਂਦੀ ਹੈ ਅਤੇ ਉਹਦੇ ਨਾਲ ਹੀ ਇਹ ਜਿਹੜੀ ਕਿੱਟ ਹੈਗੀ ਹੈ ਉਹ ਆਉਂਦੀ ਹੈ। ਸੋ ਉੱਥੋਂ ਹੀ ਅਪਲਾਈ ਹੋ ਕੇ ਆਉਂਦੀ ਹੈ ਸ਼ੋਰੂਮ ਤੋਂ। ਇਹ ਜਿਹੜੀ ਕਿੱਟ ਹੈ ਹਾਲੇ ਤੁਹਾਨੂੰ ਅਵੇਲੇਬਲ ਨਹੀਂ ਹੋਊਗੀ ਰੈਗੂਲਰਲੀ। ਸੋ ਇਹ ਜਿਹੜੀ ਕਿੱਟ ਹੈ ਤੁਸੀਂ ਅਗਰ ਅਪਲਾਈ ਕਰਵਾਉਣੀ ਹੈ ਆਪਣੇ J1 ਸੀਰੀਜ਼ ਦੇ ਵਿੱਚ, ਜੇ ਤਾਂ ਤੁਸੀਂ 2023 ਦੇ ਵਿੱਚ ਇਸ ਨੂੰ ਬਾਈ ਕੀਤਾ ਹੈ ਆਲਰੇਡੀ, ਸੋ ਤੁਹਾਨੂੰ ਸ਼ਾਇਦ 6 ਮਹੀਨੇ ਜਾਂ 5-4 ਮਹੀਨੇ ਵੇਟ ਕਰਨਾ ਪਊਗਾ ਤਾਂ ਕਿ ਇਹ ਜਿਹੜੀ ਕਿੱਟ ਹੈ ਉਹ ਰੈਗੂਲਰ ਤੁਹਾਨੂੰ ਸ਼ੋਰੂਮਸ ਦੇ ਵਿੱਚ ਵੇਖਣ ਨੂੰ ਮਿਲ ਜਾਏ। ਸੋ ਜਦੋਂ ਵੀ ਕੋਈ ਅਪਡੇਟ ਆਉਂਦੀ ਹੈ ਮੈਂ ਤੁਹਾਨੂੰ ਵੀਡੀਓਜ਼ ਦੇ ਵਿੱਚ ਸ਼ੇਅਰ ਜ਼ਰੂਰ ਕਰਾਂਗਾ। ਸੋ ਗਾਈਜ਼, ਓਵਰਆਲ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਇਸ ਬੁਲਟ ਦੀ ਕਿੱਦਾਂ ਦੀ ਹੈ। ਸੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ। ਸੋ ਕਮੈਂਟ ਕਰਿਓ, ਸੋ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸੋ ਮਿਲਦੇ ਰਹਾਂਗੇ ਇਹੋ ਜਿਹੀਆਂ ਹੋਰ ਨਵੀਆਂ ਵੀਡੀਓਜ਼ ਲੈ ਕੇ। ਸੋ ਟਿਲ ਦੈਨ, ਰੱਬ ਰਾਖਾ, ਜਿੱਥੇ ਵੀ ਰਹੋ ਚੜ੍ਹਦੀ ਕਲਾ 'ਚ ਰਹੋ। ਥੈਂਕਸ ਫੋਰ ਵਾਚਿੰਗ।